ਆ ਜਲਿਆਂ ਵਾਲੇ ਬਾਗ ਦੇ ਵਿੱਚ ਇਲੈਕਸ਼ਨ ਦੇ ਸਮੇਂ 'ਚ ਅਸੀਂ ਹਮੇਸ਼ਾ ਨਤਮਸਤਕ ਹੋ ਜਾਂਦੇ ਹਾਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਪੰਜਾਬ ਦੇ ਫਰੀਡਮ ਫਾਈਟਰ ਨੇ ਉਹਨਾਂ ਦੇ ਨਾਲ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਮੈਂ ਅੱਜ ਨਤਮਸਤਕ ਹੋਇਆ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ, ਖਾਸ ਕਰ ਜਲਿਆਂ ਵਾਲੇ ਬਾਗ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਨੇ। ਸੋ ਅੱਜ ਇਹਨਾਂ ਦਾ ਆਸ਼ੀਰਵਾਦ ਲੈਣ ਲਈ ਔਰ ਇਸ ਧਰਤੀ ਨੂੰ ਮੱਥਾ ਟੇਕਣ ਵਾਸਤੇ ਮੈਂ ਆਇਆ ਔਰ ਇਸ ਧਰਤੀ ਨੂੰ ਹਮੇਸ਼ਾ ਅਸੀਂ ਨਤਮਸਤਕ ਰਹੇ ਕਿਉਂਕਿ ਜਿੰਨਾ ਚਿਰ ਤੁਸੀਂ ਸ਼ਹਾਦਤਾਂ ਨੂੰ ਯਾਦ ਨਹੀਂ ਰੱਖੋਗੇ, ਬੱਚੇ ਨਹੀਂ ਯਾਦ ਰੱਖਣਗੇ, ਉਹਨਾਂ ਚਿਰ ਇਤਿਹਾਸ ਜਿਹੜਾ ਜਾਂ ਫਿਊਚਰ ਜਿਹੜਾ ਬੱਚਿਆਂ ਦਾ ਉਹ ਸਹੀ ਕਰਵਟ ਨਹੀਂ ਲੈ ਸਕਦਾ। ਸੋ ਅਸੀਂ ਹਮੇਸ਼ਾ ਜਦੋਂ ਆਈਏ ਇਲੈਕਸ਼ਨ ਸ਼ੁਰੂ ਕਰੀਏ ਇੱਥੇ ਮੱਥਾ ਟੇਕਦੇ ਹਾਂ ਔਰ ਆਲਮੋਸਟ ਅਸੀਂ ਸ਼ਹੀਦ ਪਰਿਵਾਰਾਂ ਦੇ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੇ ਨੁਮਾਇੰਦਿਆਂ ਦੇ ਨਾਲ ਹੀ ਅਸੀਂ ਟੇਕਦੇ ਹਾਂ। ਅੱਜ ਜਲਿਆਂ ਵਾਲੇ ਬਾਗ ਦੇ ਵਿੱਚ ਇਲੈਕਸ਼ਨ ਦੇ ਸਮੇਂ 'ਚ ਅਸੀਂ ਹਮੇਸ਼ਾ ਨਤਮਸਤਕ ਹੋ ਜਾਂਦੇ ਹਾਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਪੰਜਾਬ ਦੇ ਫਰੀਡਮ ਫਾਈਟਰ ਨੇ ਉਹਨਾਂ ਦੇ ਨਾਲ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਮੈਂ ਅੱਜ ਨਤਮਸਤਕ ਹੋਇਆ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ, ਖਾਸ ਕਰ ਜਲਿਆਂ ਵਾਲੇ ਬਾਗ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਨੇ। ਸੋ ਅੱਜ ਇਹਨਾਂ ਦਾ ਆਸ਼ੀਰਵਾਦ ਲੈਣ ਲਈ ਔਰ ਇਸ ਧਰਤੀ ਨੂੰ ਮੱਥਾ ਟੇਕਣ ਵਾਸਤੇ ਮੈਂ ਆਇਆ ਔਰ ਇਸ ਧਰਤੀ ਨੂੰ ਹਮੇਸ਼ਾ ਅਸੀਂ ਨਤਮਸਤਕ ਰਹੇ ਕਿਉਂਕਿ ਜਿੰਨਾ ਚਿਰ ਤੁਸੀਂ ਸ਼ਹਾਦਤਾਂ ਨੂੰ ਯਾਦ ਨਹੀਂ ਰੱਖੋਗੇ, ਬੱਚੇ ਨਹੀਂ ਯਾਦ ਰੱਖਣਗੇ, ਉਹਨਾਂ ਚਿਰ ਇਤਿਹਾਸ ਜਿਹੜਾ ਜਾਂ ਫਿਊਚਰ ਜਿਹੜਾ ਬੱਚਿਆਂ ਦਾ ਉਹ ਸਹੀ ਕਰਵਟ ਨਹੀਂ ਲੈ ਸਕਦਾ। ਸੋ ਅਸੀਂ ਹਮੇਸ਼ਾ ਜਦੋਂ ਆਈਏ ਇਲੈਕਸ਼ਨ ਸ਼ੁਰੂ ਕਰੀਏ ਇੱਥੇ ਮੱਥਾ ਟੇਕਦੇ ਹਾਂ ਔਰ ਆਲਮੋਸਟ ਅਸੀਂ ਸ਼ਹੀਦ ਪਰਿਵਾਰਾਂ ਦੇ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੇ ਨੁਮਾਇੰਦਿਆਂ ਦੇ ਨਾਲ ਹੀ ਅਸੀਂ ਟੇਕਦੇ ਹਾਂ। ਅੱਜ ਜਲਿਆਂ ਵਾਲੇ ਬਾਗ ਦੇ ਵਿੱਚ ਇਲੈਕਸ਼ਨ ਦੇ ਸਮੇਂ 'ਚ ਅਸੀਂ ਹਮੇਸ਼ਾ ਨਤਮਸਤਕ ਹੋ ਜਾਂਦੇ ਹਾਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਪੰਜਾਬ ਦੇ ਫਰੀਡਮ ਫਾਈਟਰ ਨੇ ਉਹਨਾਂ ਦੇ ਨਾਲ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਮੈਂ ਅੱਜ ਨਤਮਸਤਕ ਹੋਇਆ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ, ਖਾਸ ਕਰ ਜਲਿਆਂ ਵਾਲੇ ਬਾਗ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਨੇ। ਸੋ ਅੱਜ ਇਹਨਾਂ ਦਾ ਆਸ਼ੀਰਵਾਦ ਲੈਣ ਲਈ ਔਰ ਇਸ ਧਰਤੀ ਨੂੰ ਮੱਥਾ ਟੇਕਣ ਵਾਸਤੇ ਮੈਂ ਆਇਆ ਔਰ ਇਸ ਧਰਤੀ ਨੂੰ ਹਮੇਸ਼ਾ ਅਸੀਂ ਨਤਮਸਤਕ ਰਹੇ ਕਿਉਂਕਿ ਜਿੰਨਾ ਚਿਰ ਤੁਸੀਂ ਸ਼ਹਾਦਤਾਂ ਨੂੰ ਯਾਦ ਨਹੀਂ ਰੱਖੋਗੇ, ਬੱਚੇ ਨਹੀਂ ਯਾਦ ਰੱਖਣਗੇ, ਉਹਨਾਂ ਚਿਰ ਇਤਿਹਾਸ ਜਿਹੜਾ ਜਾਂ ਫਿਊਚਰ ਜਿਹੜਾ ਬੱਚਿਆਂ ਦਾ ਉਹ ਸਹੀ ਕਰਵਟ ਨਹੀਂ ਲੈ ਸਕਦਾ। ਸੋ ਅਸੀਂ ਹਮੇਸ਼ਾ ਜਦੋਂ ਆਈਏ ਇਲੈਕਸ਼ਨ ਸ਼ੁਰੂ ਕਰੀਏ ਇੱਥੇ ਮੱਥਾ ਟੇਕਦੇ ਹਾਂ ਔਰ ਆਲਮੋਸਟ ਅਸੀਂ ਸ਼ਹੀਦ ਪਰਿਵਾਰਾਂ ਦੇ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੇ ਨੁਮਾਇੰਦਿਆਂ ਦੇ ਨਾਲ ਹੀ ਅਸੀਂ ਟੇਕਦੇ ਹਾਂ। ਅੱਜ ਜਲਿਆਂ ਵਾਲੇ ਬਾਗ ਦੇ ਵਿੱਚ ਇਲੈਕਸ਼ਨ ਦੇ ਸਮੇਂ 'ਚ ਅਸੀਂ ਹਮੇਸ਼ਾ ਨਤਮਸਤਕ ਹੋ ਜਾਂਦੇ ਹਾਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਪੰਜਾਬ ਦੇ ਫਰੀਡਮ ਫਾਈਟਰ ਨੇ ਉਹਨਾਂ ਦੇ ਨਾਲ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਮੈਂ ਅੱਜ ਨਤਮਸਤਕ ਹੋਇਆ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ, ਖਾਸ ਕਰ ਜਲਿਆਂ ਵਾਲੇ ਬਾਗ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਨੇ। ਸੋ ਅੱਜ ਇਹਨਾਂ ਦਾ ਆਸ਼ੀਰਵਾਦ ਲੈਣ ਲਈ ਔਰ ਇਸ ਧਰਤੀ ਨੂੰ ਮੱਥਾ ਟੇਕਣ ਵਾਸਤੇ ਮੈਂ ਆਇਆ ਔਰ ਇਸ ਧਰਤੀ ਨੂੰ ਹਮੇਸ਼ਾ ਅਸੀਂ ਨਤਮਸਤਕ ਰਹੇ ਕਿਉਂਕਿ ਜਿੰਨਾ ਚਿਰ ਤੁਸੀਂ ਸ਼ਹਾਦਤਾਂ ਨੂੰ ਯਾਦ ਨਹੀਂ ਰੱਖੋਗੇ, ਬੱਚੇ ਨਹੀਂ ਯਾਦ ਰੱਖਣਗੇ, ਉਹਨਾਂ ਚਿਰ ਇਤਿਹਾਸ ਜਿਹੜਾ ਜਾਂ ਫਿਊਚਰ ਜਿਹੜਾ ਬੱਚਿਆਂ ਦਾ ਉਹ ਸਹੀ ਕਰਵਟ ਨਹੀਂ ਲੈ ਸਕਦਾ। ਸੋ ਅਸੀਂ ਹਮੇਸ਼ਾ ਜਦੋਂ ਆਈਏ ਇਲੈਕਸ਼ਨ ਸ਼ੁਰੂ ਕਰੀਏ ਇੱਥੇ ਮੱਥਾ ਟੇਕਦੇ ਹਾਂ ਔਰ ਆਲਮੋਸਟ ਅਸੀਂ ਸ਼ਹੀਦ ਪਰਿਵਾਰਾਂ ਦੇ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੇ ਨੁਮਾਇੰਦਿਆਂ ਦੇ ਨਾਲ ਹੀ ਅਸੀਂ ਟੇਕਦੇ ਹਾਂ। ਅੱਜ ਜਲਿਆਂ ਵਾਲੇ ਬਾਗ ਦੇ ਵਿੱਚ ਇਲੈਕਸ਼ਨ ਦੇ ਸਮੇਂ 'ਚ ਅਸੀਂ ਹਮੇਸ਼ਾ ਨਤਮਸਤਕ ਹੋ ਜਾਂਦੇ ਹਾਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਪੰਜਾਬ ਦੇ ਫਰੀਡਮ ਫਾਈਟਰ ਨੇ ਉਹਨਾਂ ਦੇ ਨਾਲ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਮੈਂ ਅੱਜ ਨਤਮਸਤਕ ਹੋਇਆ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ, ਖਾਸ ਕਰ ਜਲਿਆਂ ਵਾਲੇ ਬਾਗ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਨੇ। ਸੋ ਅੱਜ ਇਹਨਾਂ ਦਾ ਆਸ਼ੀਰਵਾਦ ਲੈਣ ਲਈ ਔਰ ਇਸ ਧਰਤੀ ਨੂੰ ਮੱਥਾ ਟੇਕਣ ਵਾਸਤੇ ਮੈਂ ਆਇਆ ਔਰ ਇਸ ਧਰਤੀ ਨੂੰ ਹਮੇਸ਼ਾ ਅਸੀਂ ਨਤਮਸਤਕ ਰਹੇ ਕਿਉਂਕਿ ਜਿੰਨਾ ਚਿਰ ਤੁਸੀਂ ਸ਼ਹਾਦਤਾਂ ਨੂੰ ਯਾਦ ਨਹੀਂ ਰੱਖੋਗੇ, ਬੱਚੇ ਨਹੀਂ ਯਾਦ ਰੱਖਣਗੇ, ਉਹਨਾਂ ਚਿਰ ਇਤਿਹਾਸ ਜਿਹੜਾ ਜਾਂ ਫਿਊਚਰ ਜਿਹੜਾ ਬੱਚਿਆਂ ਦਾ ਉਹ ਸਹੀ ਕਰਵਟ ਨਹੀਂ ਲੈ ਸਕਦਾ। ਸੋ ਅਸੀਂ ਹਮੇਸ਼ਾ ਜਦੋਂ ਆਈਏ ਇਲੈਕਸ਼ਨ ਸ਼ੁਰੂ ਕਰੀਏ ਇੱਥੇ ਮੱਥਾ ਟੇਕਦੇ ਹਾਂ ਔਰ ਆਲਮੋਸਟ ਅਸੀਂ ਸ਼ਹੀਦ ਪਰਿਵਾਰਾਂ ਦੇ ਨਾਲ ਹੀ ਉਹਨਾਂ ਦੇ ਪਰਿਵਾਰਾਂ ਦੇ ਨੁਮਾਇੰਦਿਆਂ ਦੇ ਨਾਲ ਹੀ ਅਸੀਂ ਟੇਕਦੇ ਹਾਂ।